ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਅਸੀਂ ਸ਼ਬਦ ਸਿੱਖਣ ਜਾ ਰਹੇ ਹਾਂ ਜੀ, ਉਹ ਹੈ ਮੈਂ ਚਾਰੇ ਕੁੰਡਾਂ ਭਾਲੀਆਂ, ਤੁਦ ਜੀਵਡ ਨਾ ਸਾਈਆਂ, ਮੈਂ ਦੱਸਿਓ ਮਾਰਗ ਸੰਤੋ, ਕਿਉਂ ਪ੍ਰਭੂ ਮਿਲਾਈਆਂ। ਇਸ ਸ਼ਬਦ ਦਾ ਗਾਇਨ ਕੀਤਾ ਹੈ ਜੀ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ। ਅੱਜ ਅਸੀਂ ਇਸ ਸ਼ਬਦ ਨੂੰ ਵੀਰਾਂ ਦੇ ਸਕੇਲ ਦੇ ਉੱਪਰ ਸਿੱਖਾਂਗੇ। ਪਹਿਲਾਂ ਮੈਂ ਇਸ ਸ਼ਬਦ ਨੂੰ ਸੰਪੂਰਨ ਗਾਇਨ ਕਰਾਂਗਾ, ਉਸ ਤੋਂ ਬਾਅਦ ਇਸ ਸ਼ਬਦ ਨੂੰ ਅਸੀਂ ਵੀਰਾਂ ਦੇ ਸੁਰ ਦੇ ਉੱਪਰ ਸਿੱਖਾਂਗੇ। ਆਓ ਸ਼ੁਰੂ ਕਰਦੇ ਹਾਂ ਜੀ। ਵਿੜਤੇ ਸਾਹਿਬਾ ਜੇ
ਉਠ ਜੁਲਾਈਆਂ ਸੰਗ ਮਿਲਾਈਆਂ ਸਤਸੰਗ ਮਿਲਾਈਆਂ ਸਤਸੰਗ ਮਿਲਾਈਆਂ ਬੁੱਧ ਜੀਵ ਸ਼ੁਰੂ ਕਰਦੇ ਹਾਂ ਜੀ ਇਸ ਸ਼ਬਦ ਦਾ ਜੋ ਸਕੇਲ ਸੁਰ ਮੈਂ ਰੱਖਿਆ ਹੈ ਆਪਣੇ ਵੀਰਾਂ ਵਾਸਤੇ ਉਹ ਹੈ ਜੀ ਮੱਧ ਸਪਤਕ ਦਾ ਦੂਸਰਾ ਕਾਲਾ ਔਰ ਇਸ ਸ਼ਬਦ ਨੂੰ ਅਸੀਂ ਤੀਨ ਤਾਲ ਤਾਲ ਦੇ ਵਿੱਚ ਗਾਣਾ ਹੈ ਔਰ ਇਸ ਸ਼ਬਦ ਦੇ ਵਿੱਚ ਬਹੁਤ ਸਾਰੇ ਵਰਡਸ ਐਸੇ ਨੇ ਜਿਨ੍ਹਾਂ ਨੂੰ ਐਡਜਸਟ ਸਾਨੂੰ ਆਪਣੇ ਆਪ ਰਿਦਮ ਦੇ ਵਿੱਚ ਕਰਨਾ ਪਏਗਾ ਥੋੜ੍ਹਾ ਖਿਆਲ ਰੱਖਣਾ ਪਏਗਾ ਗਾਇਨ ਕਰਨ ਦੇ ਟਾਈਮ ਔਰ ਆਓ ਸ਼ੁਰੂ ਕਰਦੇ ਹਾਂ ਜੀ ਮੈਂ ਚਾਰੇ ਮੈਂ ਜੋ ਹੈ ਇਹਨਾਂ ਦੋਨਾਂ ਸੁਰਾਂ ਦੇ ਉੱਪਰ ਆਏਗਾ ਮੈਂ ਚਾਰੇ ਕੁੰਡਾਂ ਮੈਂ ਚਾਰੇ ਕੁੰਡਾਂ ਪਾਲੀਆਂ ਦੁੱਧ ਜੀਵ ਬਿਨਾ
ਚਾਰੇ ਕੁੰਡਾ ਪਾਲੀਆਂ ਦੁੱਧ ਜੀਵ ਗੁਨਾ ਸਾਈਆਂ ਮੈਂ ਦੱਸੀ ਹੋ ਮਾਰਗ ਦੱਸੇ ਹੋ ਮਾਰਗ ਸੰਤੋ ਮੈਂ ਦੱਸੇ ਹੋ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਆਂ ਕਿਉਂ ਪ੍ਰਭੂ ਮਿਲਾਈਆਂ ਤੁਧ ਜੀਵ ਗਿਨਾ ਸਾਈਆਂ ਤੁਧ ਜੀਵ ਗਿਨਾ ਸਾਈਆਂ ਤੁਧ ਜੀਵ ਪਹਿਲਾਂ ਅੰਤਰਾ ਦੇਖਦੇ ਹਾਂ ਜੀ ਮਨ ਲੋਚੇ ਹਰ ਮਿਲਣ ਕੋ ਕਿਉਂ ਦਰਸ਼ਨ ਨਾ ਪਾਈਆਂ ਮਨ ਲੋਚੇ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆਂ ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆਂ ਜੇ ਬਿੰਦ ਬੁਲਾਈਆਂ ਤੁਧ ਜੀਵ ਗਿਨਾ ਸਾਈਆਂ ਤੁਧ ਜੀਵ ਗਿਨਾ ਸਾਈਆਂ ਮਨ ਅਰਪਿਓ ਹੋਮੇ ਤਜੋ ਇਤ ਪੰਥ ਜੁਲਾਈਆਂ
ਸੇਵਿਓ ਸਾਹਿਬ ਆਪਣਾ ਸਤ ਸੰਗ ਮਿਲਾਈਆਂ ਸਤ ਸੰਗ ਮਿਲਾਈਆਂ ਸਤ ਸੰਗ ਮਿਲਾਈਆਂ। ਇਹ ਪੋਰਸ਼ਨ ਥੋੜ੍ਹਾ ਜਿਹਾ ਖਿਆਲ ਰੱਖਣ ਵਾਲਾ ਹੈ, ਇਸ ਨੂੰ ਦੁਬਾਰਾ ਅਸੀਂ ਲਵਾਂਗੇ। ਨਿਤ ਸੇਵਿਓ ਸਾਹਿਬ ਆਪਣਾ ਸਤ ਸੰਗ ਮਿਲਾਈਆਂ ਸਤ ਸੰਗ ਮਿਲਾਈਆਂ ਸਤ ਸੰਗ ਮਿਲਾਈਆਂ ਖੁਦ ਜੀਵਨਾ ਸਾਈਆਂ ਖੁਦ ਜੀਵਨਾ ਸਾਈਆਂ। ਸਭੇ ਆਸਾਂ ਪੂਰੀਆਂ ਗੁਰ ਮਹਿਲ ਬੁਲਾਈਆਂ ਤੁਦ ਤੁਦ ਜੇ ਵੱਡੇ ਹੋਰ ਨਾ ਸੁਜਈ ਮੇਰੇ ਮਿੱਤਰ ਗੁਸਾਈਆਂ ਮੇਰੇ ਮਿੱਤਰ ਗੁਸਾਈਆਂ ਮੇਰੇ ਮਿੱਤਰ ਗੁਸਾਈਆਂ ਜੀਵਡ ਨਾ ਸਾਈਆਂ ਤੁਦ ਜੀਵਡ